ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਸਾਰੇ ਡਰੱਗ ਐਡਿਕਟਸ ਨੇ, ਐਡਿਕਟ ਤਾਂ ਹਲੇ ਕੋਈ ਗੱਲ ਨਹੀਂ ਸਾਹਮਣੇ ਕਲੀਅਰ ਹੋਣੀ ਤੇ ਇੱਕ ਨਸ਼ੇ ਲਈ ਬਦਨਾਮ ਹੁੰਦੇ ਪੰਜਾਬ ਦੇ ਵਿੱਚ ਜਦੋਂ ਪੰਜਾਬ ਪੁਲਿਸ ਨੇ ਇਸ ਗੈਂਗ ਨੂੰ ਫੜਿਆ ਤਾਂ ਪੁਲਿਸ ਵੀ ਹੈਰਾਨ ਰਹਿ ਗਈ, ਕਿਉਂਕਿ ਇਸ ਗੈਂਗ ਦਾ ਕੋਈ ਵੀ ਮੈਂਬਰ ਨਸ਼ੇ ਦਾ ਆਦੀ ਨਹੀਂ ਸੀ। ਤੁਸੀਂ ਆਪ ਸੁਣਿਆ, ਮੋਹਾਲੀ ਦੇ SP ਖੁਦ ਇਹ ਜਾਣਕਾਰੀ ਦੇ ਰਹੇ ਸੀ ਕਿ ਇਹ ਡਰੱਗ ਅਡਿਕਟ ਨਹੀਂ ਹੈ। ਪਰ ਸਭ ਤੋਂ ਵੱਡਾ ਸਵਾਲ, ਫਿਰ ਵੀ ਇਹ ਗੈਂਗ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ, ਕਿਉਂਕਿ ਸੌਖੀ ਕਮਾਈ ਦਾ ਜ਼ਰੀਆ ਇਹਨਾਂ ਨੂੰ ਕੋਈ ਹੋਰ ਨਜ਼ਰ ਨਹੀਂ ਆਇਆ। ਜੇਕਰ ਮੋਹਾਲੀ ਪੁਲਿਸ ਦੀ ਮੰਨੀਏ ਤਾਂ ਇਸ ਗੈਂਗ ਨੇ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਵਾਰਦਾਤਾਂ ਕੀਤੀਆਂ ਨੇ। ਇਹੀ ਨਹੀਂ, ਚੰਡੀਗੜ੍ਹ ਵਰਗੇ ਸ਼ਹਿਰ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ। ਫਿਲਹਾਲ ਪੁਲਿਸ ਨੇ ਇਸ ਗੈਂਗ ਦੇ ਕੋਲੋਂ ਇੱਕ ਦੇਸੀ ਪਿਸਟਲ ਵੀ ਬਰਾਮਦ ਕੀਤਾ, ਜਿਸ ਦਾ ਇਸਤੇਮਾਲ ਆਉਣ ਵਾਲੇ ਦਿਨਾਂ 'ਚ ਵਾਰਦਾਤਾਂ 'ਚ ਕੀਤਾ ਜਾਣਾ ਸੀ, ਪਰ ਸਮੇਂ ਰਹਿੰਦਿਆਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਤੁਸੀਂ ਆਪ ਹੀ ਸੁਣ ਲਵੋ, ਪੂਰੀ ਜਾਣਕਾਰੀ ਦੇ ਰਹੀ ਹੈ ਮੋਹਾਲੀ ਪੁਲਿਸ ਦੈਨਿਕ ਮੇਲ ਪੰਜਾਬੀ TV ਦੇ ਲਈ। ਤੁਸੀਂ ਆਪੇ ਵੇਖ ਲਵੋ। ਮੈਂਬਰ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਦੇ, ਚੋਰੀਆਂ ਕਰਨ ਵਾਲੇ ਗੈਂਗ ਦੇ ਕਾਬੂ ਕੀਤੇ ਨੇ। ਇਹਨਾਂ ਦੇ ਟੋਟਲ ਜੋ 5 ਮੈਂਬਰ ਅਸੀਂ ਅਰੈਸਟ ਕਰ ਲਏ, ਇੱਕ ਬੰਦਾ ਹਾਲੇ ਅਰੈਸਟ ਕਰਨਾ ਰਹਿੰਦਾ ਇਹਨਾਂ 'ਚੋਂ, ਉਹਦੇ ਨਾਮ ਪ੍ਰੈਸ ਨੋਟ ਹੈਗੇ ਸਾਰੇ। ਉਸ ਤੋਂ ਜਦੋਂ ਇਹਨਾਂ ਦੀ ਪੁੱਛਤਾਛ ਕੀਤੀ ਗਈ ਅਤੇ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ, ਇੱਕ 315 ਬੋਰ ਦਾ ਪਿਸਟਲ, 2 ਜਿੰਦਾ ਕਾਰਤੂਸ, 6 ਇਹਨਾਂ ਤੋਂ ਮੋਟਰਸਾਈਕਲ, 4 ਇੱਦਾਂ ਦੇ ਤੇਜ਼ ਧਾਰ ਹਥਿਆਰ ਜਿਹੜੇ ਹੈਗੇ ਨੇ, 3 ਲੈਪਟੋਪ, 11 ਮੋਬਾਈਲ ਫੋਨ, 1 ਸੈਮਸੰਗ ਦਾ TV ਅਤੇ ਇੱਕ ਵੈਲਡਿੰਗ ਦਾ ਸੈੱਟ ਜਿਹੜਾ ਇਹਨਾਂ ਤੋਂ ਬਰਾਮਦ ਕੀਤਾ ਗਿਆ। ਕਿਸ ਤਰ੍ਹਾਂ ਕਰਦੇ ਸੀ ਚੋਰੀਆਂ ਇਹ? ਅਲੱਗ ਅਲੱਗ ਜੀ, ਆਪਣਾ ਘਰਾਂ ਨੂੰ ਪਾੜ ਲਾ ਕੇ ਵੀ, ਮੰਨ ਘਰ ਦੇਖ ਕੇ ਚੋਰੀ ਕਰਕੇ ਇਹ ਚੋਰੀ ਕਰਦੇ। ਸਰ ਇਹ ਕਹਾਂ ਸੇ ਦਿਨ ਕੋ ਅਰੈਸਟ ਕੀਆ ਹੈ ਇਹਨਾਂ ਨੂੰ? ਇਹ 8 ਫੇਸ ਦੇ ਰਹੀ ਹੈ, ਜਿਹੜਾ ਅੰਬ ਸਾਹਿਬ ਦੇ ਕੋਲ ਸੜਕ ਹੈ ਉੱਧਰੋਂ ਅਰੈਸਟ ਕੀਤਾ ਗਿਆ ਤਾਜ਼ਾ। ਠੀਕ ਹੈ ਸਰ, ਇਹ ਕਹਾਂ ਸੇ ਹੈ, ਬਿਲੋਂਗ ਕਹਾਂ ਕੇ ਹੈ ਇਹ? ਇਹਨਾਂ 'ਚੋਂ ਜੀ 2 ਤਾਂ, ਇੱਕ ਆਪਣਾ ਬਲੌਂਗੀ ਦਾ ਹੈ, ਇੱਕ ਖਰੜ ਦਾ ਹੈ, 2 ਪਟਿਆਲੇ ਦੇ ਹੈ ਤੇ 1 ਮੋਹਾਲੀ ਦਾ ਬੈਦਵਾਨ। ਤੋਂ ਸਰ ਮੋਟਰ ਸਪਰੈਂਡੀ ਕੀ ਹੁੰਦੀ ਸੀ? ਮੋਟਰ ਸਪਰੈਂਡੀ ਜਿੱਦਾਂ ਕੋਈ ਘਰ ਖਾਲੀ ਦੇਖ ਲਿਆ, ਉਹਨੂੰ ਪਾੜ ਲਾ ਲਿਆ, ਵੈਲਡਿੰਗ ਵਗੈਰਾ ਦਾ ਸਾਰਾ ਸਮਾਨ ਇਹਨਾਂ ਕੋਲ ਹੈਗਾ, ਹਥਿਆਰ ਹੈਗੇ ਆ, ਜੇ ਕੋਈ ਇਹਨਾਂ ਨੂੰ ਘਰੇ ਮਿਲ ਜਾਂਦਾ ਸੀ ਤਾਂ ਉਹਨੂੰ ਡਰਾ ਧਮਕਾ ਕੇ ਇਹ। ਕੋਈ ਰੀਸੈਂਟ ਕੇਸ ਸਰ ਮੋਹਾਲੀ ਦਾ? ਰੀਸੈਂਟ ਹਲੇ ਅਸੀਂ ਜੋ ਟਰੈਕ ਕਰ ਰਹੇ ਹਾਂ ਜੀ, ਉਹਦੇ 'ਚ ਤਕਰੀਬਨ 10 FIR ਸਾਡੀਆਂ, 3 ਚੰਡੀਗੜ੍ਹ ਦੀਆਂ, ਹੋਰ ਜੋ ਅਸੀਂ ਪਤਾ ਕਰ ਰਹੇ ਅੰਮ੍ਰਿਤਸਰ, ਲੁਧਿਆਣਾ, ਡਿਫਰੈਂਟ ਸਿਟੀਜ਼, ਇਹਨਾਂ ਦੇ ਹੋਰ ਵੀ FIR ਹੈਗੀਆਂ। ਹੁਣ ਅਸੀਂ ਰਿਮਾਂਡ ਲਵਾਂਗੇ ਪੇਸ਼ ਕਰਕੇ ਤੇ ਇਹਦੇ ਬਾਕੀ ਰਿਕਵਰੀ। ਹੋਰ ਵੀ ਬੰਦੇ ਹੋਣਗੇ ਸਰ ਇਨਕੇ ਸਾਥ, 6 ਕੇ ਇਲਾਵਾ? ਹਾਲੇ ਤੱਕ 1 ਤੱਕ 5 ਅਰੈਸਟ ਹੋਏ, 1 ਤਾਂ ਕਨਫਰਮਡ ਹੈ, ਹੋਰ ਬੰਦਾ ਉਹਨੂੰ ਅਰੈਸਟ ਕਰਨ ਤੇ ਲੱਗੇ ਹੋਏ ਆ, ਹੋਰ ਇਹਦੀ ਇੰਟਰੋਗੇਸ਼ਨ ਰਿਮਾਂਡ ਲੈ ਕਰਾਂਗੇ ਜੇ ਕੋਈ ਹੋਰ ਗੈਂਗ। ਤੇ ਸਰ ਇਹਨਾਂ ਦੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਹੋਵੇ? ਕ੍ਰਿਮੀਨਲ ਚੋਰੀ ਦਾ ਹੀ ਹੈਗਾ ਜੀ, ਹੋਰ ਵੀ ਇਹਨਾਂ ਦੇ ਪਹਿਲਾਂ ਚੋਰੀ ਦੀਆਂ FIR ਹੈਗੀਆਂ ਤੇ ਉਹ ਹੈਗਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ, ਚੋਰੀ ਐਂਡ ਬਰਗਲਰੀ ਦਾ। ਮੋਹਾਲੀ ਦੇ ਸਰ ਨਾਮ ਕੀ ਹੈ? ਮੋਹਾਲੀ ਦੇ ਮੋਹਾਲੀ ਮੋਹਾਲੀ ਸਰ ਇਹਨਾਂ ਦਾ ਨਾਮ ਕੀ ਹੈ? ਨਾਮ ਇੱਕ ਰਣਜੀਤ ਸਿੰਘ ਹੈ ਜੀ, ਦੂਸਰਾ ਨਰਿੰਦਰ ਸਿੰਘ, ਤੀਸਰਾ ਬਲਜਿੰਦਰ ਸਿੰਘ, ਚੌਥਾ ਸਤਨਾਮ ਸਿੰਘ ਤੇ 5ਵਾਂ ਹਰਵਿੰਦਰ ਸਿੰਘ, 6ਵਾਂ ਜਿਹੜਾ ਆਈਡੈਂਟੀਫਾਈ ਹੋਇਆ ਉਹ ਗੁਰਜੀਤ ਸਿੰਘ ਹੈ, ਪਰ ਉਹ ਹਲੇ ਅਰੈਸਟ ਨਹੀਂ ਹੋਇਆ। ਤੇ ਸਰ ਇਹ ਸਾਰੇ ਡਰੱਗ ਐਡਿਕਟਸ ਨੇ? ਐਡਿਕਟ ਤਾਂ ਹਲੇ ਕੋਈ ਗੱਲ ਨਹੀਂ ਸਾਹਮਣੇ ਕਲੀਅਰ ਹੋਣੀ। ਤੇ ਇਹ ਕਰਦੇ ਕੀ ਸੀ ਸਰ? ਸਾਰਾ ਲੁੱਟਪਾਟ ਕਰਕੇ ਕਿਹਨੂੰ ਵੇਚਦੇ ਸੀ? ਚੋਰੀ ਦਾ ਮਾਲ ਅੱਗੇ ਵੇਚਦੇ ਸੀ, ਇਹਨਾਂ ਨੇ ਮੇਰਠ ਵਾਲੇ ਪਾਸੇ ਇੱਕ ਕੁਆੜੀ ਦਾ ਨਾਮ ਦੱਸਿਆ ਹਲੇ ਸੀ, ਉਹ ਵੈਰੀਫਾਈ ਕਰ ਰਹੇ ਆ ਵੀ ਕੀ ਹੈਗਾ ਗੱਲ, ਸੱਚੀ ਹੈ ਕਿ ਝੂਠੀ ਹੈ ਹਲੇ। ਓਕੇ, ਜਿਹੜੀ ਸਰ 6 ਬਾਈਕਸ ਰਿਕਵਰ ਕੀਤੀ ਤੁਸੀਂ, ਉਹ ਸਾਰੀ ਚੋਰੀ ਦੀ? 4 ਚੋਰੀ ਦੇ ਨੇ, 2 ਇਹਨਾਂ ਦੇ ਆਪਣੇ ਖਰੀਦਿਆ ਸੀ, ਇਹਨਾਂ ਵੀ ਚੋਰੀ ਦੇ ਪੈਸੇ ਨੇ ਖਰੀਦਿਆ। ਇਹਨਾਂ ਹਥਿਆਰਾਂ ਨਾਲ ਕੋਈ ਇੰਜਰੀ ਹੈ ਜਾਂ ਕਿਸੇ ਦਾ? ਅੱਜ ਤੱਕ ਉਹ ਜੀ ਵੀ ਗੱਲ ਸਾਹਮਣੇ, ਹਲੇ ਹਲੇ ਉਹ ਗੱਲ ਨਹੀਂ ਸਾਹਮਣੇ। ਕਿਸ ਚੀਜ਼ ਦੇ ਆ ਰਹੇ ਸੀ ਸਰ? ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਇੱਕ ਮੋਹਾਲੀ ਪੁਲਿਸ ਵੱਲੋਂ ਇੱਕ ਸ਼ਾਤਿਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ, ਜਿਨ੍ਹਾਂ ਕੋਲ 5 ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਹੈ, 6ਵੇਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਤੁਹਾਨੂੰ ਦੱਸ ਦਈਏ, ਇਹਨਾਂ ਕੋਲ ਪਿਸਟਲ, ਜਿੰਦਾ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਨੇ। 6ਵੇਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਹੋ ਗਈ, ਪੁਲਿਸ ਇਹਨਾਂ ਕੋਲੋਂ ਕੀ ਖੁਲਾਸੇ ਕਰ ਪਾ ਪਾਉਂਦੀ ਹੈ। ਕੈਮਰਾਮੈਨ ਰਵੀ ਦੇ ਨਾਲ ਰਮੇਸ਼ ਕੁਮਾਰ, ਦੈਨਿਕ ਮੇਲ ਪੰਜਾਬੀ TV, ਮੋਹਾਲੀ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ,
ਧੋਖਾ ਨਹੀਂ ਕੰਮ ਕਰਾਂਗਾ। ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ। ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।